सत श्री अकाल, तुसीं देख रहे हो डेली पोस्ट पंजाबी। मैं हाँ ध्रुवदीप सिंह। गल करिए कि ऑल इंडिया जाट महासभा के यूथ विंग ने प्रधान चुने गए ने सोनिया मान जी। गलबात करते हैं, जानते मैम कैसा लग रहा है जुड़ के इन्हां नाल? बहुत वधिया लग रहा है। अपनी कम्यूनिटी नूं सर्व करन दा एक वड्डा अहुदा मिलिया, बहुत वड्डी रिस्पोंसिबिलिटी है। असी दारा सिंह जी हुणां नूं वेखदे हुंदे हां एज अ इंस्पीरेशन, जिन्हां ने जट्टां नूं पूरे ऑल ओवर इंडिया रिप्रजेंट किया है और हमेशा जट्टां दे मुद्दिआं नूं रख्या, किसानां दे मुद्दिआं नूं रख्या। और जाट महासभा मैनूं ते लगदा किसानां वास्ते ही है, क्योंकि जट जिम्मेदारी हुंदे ने और उहनां दे मुद्दे ते ऑलरेडी मैं पंजाब दे विच हरियाणा च यूपी हर किते चुकदी हां। बट ये है भी हाँ, तुसीं किसी ऑर्गनाइजेशन दे नाल अटैच्ड हो, हुण सारे मिल के किसी तरीके दे नाल तुसीं ग्राउंड पद्धर दे उत्ते गल कर सकदे हो। ਉਦਾਰਿਆਂ 'ਚ ਵੀ ਕੰਮ ਕੀਤਾ, ਜਿਹੜੇ ਸੰਸਥਾ ਕਿ ਕਿਸਾਨ ਯੂਨੀਅਨ 'ਚ ਕੰਮ ਕੀਤਾ, ਉਸ ਤੋਂ ਬਾਅਦ ਤੁਸੀਂ ਇੱਥੇ ਆਏ ਹੋ। ਕੀ ਅੱਡ ਲੱਗਦਾ ਹੈ ਕਿ ਉਹਨਾਂ ਜੋ ਨਹੀਂ ਹੈਗਾ ਸੀ ਇੱਥੇ ਹੈਗਾ? ਵੱਡੀ ਗੱਲ ਵੇਖੋ, ਮੇਰੀ ਗੱਲ ਸੁਣੋ, ਕਿਸਾਨ ਜਥੇਬੰਦੀਆਂ ਬਹੁਤ ਸਾਰੀਆਂ ਨੇ, ਰਾਈਟ? ਹਰ ਇੱਕ ਦੀ ਆਪਣੀ ਆਈਡੀਓਲੋਜੀ ਆ, ਹਰ ਇੱਕ ਦਾ ਆਪਣਾ ਸਿਸਟਮ ਆ, ਹਨਾ। ਪਰ ਜਾਟ ਮਹਾਸਭਾ ਇਹ ਵੀ ਇੱਕ ਜੱਟਾਂ ਨੂੰ ਰਿਪ੍ਰਜੈਂਟ ਕਰਨ ਵਾਲੀ, ਕਿਸਾਨ ਪੱਧਰ ਨੂੰ ਰਿਪ੍ਰਜੈਂਟ ਕਰਨ ਵਾਲੀ ਔਰਗਨਾਈਜੇਸ਼ਨ ਆ। ਔਰ ਜੇ ਮੈਨੂੰ ਯੂਥ ਮਹਿਲਾ ਦਾ ਬਣਾਇਆ ਹੈ, ਤਾਂ ਮੈਨੂੰ ਇਹ ਲੱਗਦਾ ਵੀ ਕੁੜੀਆਂ ਵਾਸਤੇ ਮੈਂ ਜੋ ਕੁਛ ਕਰ ਸਕਾਂ ਪੰਜਾਬ ਦੇ ਵਿੱਚ, ਪਹਿਲਾਂ ਤਾਂ ਚਲੋ ਮੈਂ ਕਰ ਹਰ ਕਿਤੇ ਸਾਦੇ ਨੇ, ਮੈਂ ਜਾਂਦੀ ਹਾਂ, ਬੋਲਦੀ ਹਾਂ, ਗਵਰਨਮੈਂਟ ਦੇ ਖਿਲਾਫ ਬੋਲਦੀ ਹਾਂ। ਚੱਲ ਰਿਹਾ ਕਿ ਆਈਲੈਟਸ ਕਰੋ, ਪਲੱਸ ਟੂ ਕਿਤੇ ਆਈਲੈਟਸ, ਕਿਤੋਂ ਬਾਹਰ ਜਾਓ। ਇਹ ਲੱਗਿਆ ਬ੍ਰੇਨ ਡਰੇਨ ਹੋ ਰਿਹਾ ਇੱਕ ਪੰਜਾਬ 'ਚ, ਜੱਟਾਂ ਦੇ ਪਰਿਵਾਰ ਜ਼ਮੀਨਾਂ ਵੇਚ ਵੇਚ ਕੇ ਸਾਰੇ ਬਾਹਰ ਜਾ ਰਹੇ, ਇਹਨਾਂ ਵਾਸਤੇ ਕੀ ਕਰਨਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ, ਵੇਖੋ ਉਹਨਾਂ ਨੂੰ ਇੰਪਲੋਇਮੈਂਟ ਨਹੀਂ ਦਿਖਦੀ, ਉਹਨਾਂ ਨੂੰ ਫਿਊਚਰ ਨਹੀਂ ਦਿਖਦਾ ਪੰਜਾਬ ਦੇ ਵਿੱਚ। ਉਹ ਫਿਊਚਰ ਆਪਾਂ ਨੂੰ ਗਵਰਨਮੈਂਟ ਦੇ ਸਾਹਮਣੇ ਮਤਲਬ ਡਿਫਰੈਂਟ ਗੱਲਾਂ, ਰੋਜ਼ਗਾਰ ਖੜੇ ਕਰਕੇ ਹੀ ਉਹਨਾਂ ਨੂੰ ਮੁਹੱਈਆ ਕਰਾਉਣਾ ਪਊਗਾ। ਬਿਕਾਜ਼ ਪਿੰਡ ਦੇ ਵਿੱਚ ਜ਼ਿਆਦਾ ਪਲੱਸ ਟੂ ਤੋਂ ਬਾਅਦ ਵਿਆਹ ਕਰ ਦਿੰਦੇ ਨੇ, ਜਾਂ ਵਿਆਹ ਤੋਂ ਬਾਅਦ ਜਿਹੜੀਆਂ ਬਹੁਤ ਟੈਲੈਂਟਡ, ਹੁਣ ਜਿਹੜੀ ਆਪਣੀ ਜਨਰੇਸ਼ਨ ਹੈ ਨਾ, ਆਪਣੀ ਜਨਰੇਸ਼ਨ, ਆਉਣ ਵਾਲੀ ਜਨਰੇਸ਼ਨ, ਜਿਹੜੀ ਸਾਡੀ ਪਿਛਲੀ ਜਨਰੇਸ਼ਨ ਸੀਗੀ ਜਿਹਨੂੰ ਸਾਂਭਣ ਦੀ ਲੋੜ ਹੈ, ਸਾਡੀ ਦਾਦੀ ਹੋਣੀ, ਉਹ ਇਹੋ ਜਿਹੀ ਦਾਦੀ ਨਹੀਂ ਲੱਭਣੀ ਅੱਗੇ ਆ ਕੇ, ਸਾਡੀ ਮਾਂ ਇਹੋ ਜਿਹੀ ਮਾਂ ਨਹੀਂ ਲੱਭਣੀ ਜੋ ਸਾਡਾ ਪਿੰਡ ਦਾ ਕਲਚਰ ਸੀਗਾ। ਡਿਫਰੈਂਟ ਤਰ੍ਹਾਂ ਦੇ ਖਾਣੇ ਬਣਾਉਂਦੇ ਨੇ, ਚਾਰ ਬਣਾਉਂਦੇ ਨੇ, ਬਹੁਤ ਸਾਰਾ ਸਾਡਾ ਰਿਚ ਕਲਚਰ ਆ ਪੰਜਾਬ ਦਾ, ਉਹਨੂੰ ਸਾਂਭਣ ਦੀ ਲੋੜ ਹੈ ਇਸ ਟਾਈਮ ਦੇ ਉੱਤੇ। ਉਸ ਚੀਜ਼ ਨੂੰ ਮੈਂ ਸਾਂਭਣਾ ਚਾਹੁੰਦੀ ਹਾਂ, ਉਸੇ ਤਰੀਕੇ ਦੀਆਂ ਜਿਹੜੀਆਂ ਫੁਲਕਾਰੀਆਂ ਕੱਢਣੀਆਂ, ਬਹੁਤ ਸਾਰੇ ਹੈਂਡਕ੍ਰਾਫਟ ਦੀਆਂ ਚੀਜ਼ਾਂ ਆ, ਉਹ ਮੈਂ ਚਾਹੁੰਦੀ ਹਾਂ ਵੀ ਉਹ ਕੁੜੀਆਂ ਦੂਜਿਆਂ ਨੂੰ ਵੀ ਐਜੂਕੇਟ ਕਰਨ, ਤਾਂ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਰਹਿਣ। ਕੁੜੀਆਂ ਤਾਂ ਬਾਹਰ ਜਾ ਰਹੀਆਂ ਨੇ, ਆਈ ਨੋ ਜਾ ਰਹੀਆਂ ਨੇ, ਬਟ ਹੁਣ ਵੇਖਦੇ ਹਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ ਐਜੂਕੇਟ ਕਰ ਸਕਦੇ ਹਾਂ ਔਰ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਇੱਕ ਰੋਜ਼ਗਾਰ ਦੇ ਸਕਦੇ ਹਾਂ ਔਰ ਜੌਬਸ ਦੇ ਸਕਦੇ ਹਾਂ। ਜਾਟਸ ਨੂੰ 9 ਸਟੇਟਾਂ ਵਿੱਚ OBC ਦੇ ਦਾਇਰੇ ਵਿੱਚ ਰੱਖਿਆ ਗਿਆ ਹੈ, ਲੱਗਦਾ ਪੰਜਾਬ 'ਚ ਵੀ ਹੋਣਾ ਚਾਹੀਦਾ, ਲੋੜ ਹੈਗੀ ਹੈ? ਵੇਖੋ ਜੀ, ਇਸ ਚੀਜ਼ ਦੀ ਮੈਨੂੰ ਕੋਈ ਨੌਲੇਜ ਨਹੀਂ ਹੈਗੀ। ਮੈਂ ਤਾਂ ਇਹ ਸੋਚਦੀ ਹਾਂ ਕਿ ਸਾਰੇ ਧਰਮਾਂ ਜਾਤਾਂ ਤੋਂ ਉੱਠ ਕੇ ਇੱਕ ਚੰਗਾ ਇਨਸਾਨ ਬਣੋ, ਇਨਸਾਨੀਅਤ ਤੋਂ ਉਤਲੇ ਕੋਈ ਧਰਮ ਨਹੀਂ ਹੁੰਦਾ। ਬਾਕੀ ਇਹ ਹੈ ਵੀ ਹਾਂ, ਜੱਟਾਂ, ਮੈਂ ਜੱਟਾਂ ਅਤੇ ਜੱਟ ਪਰਿਵਾਰ ਦੇ ਵਿੱਚ ਜਿਵੇਂ ਜਿਸ ਤਰੀਕੇ ਦੇ ਨਾਲ ਮਤਲਬ ਖੇਤੀਬਾੜੀ ਸਿਸਟਮ, ਯੂਨੋ, ਕਿਸਾਨੀ, ਮੈਨੂੰ ਆਈ ਡੋਂਟ ਨੋ OBC ਦੇ ਵਿੱਚ ਕਿਹੜੇ ਲੋਕ ਆਉਂਦੇ। ਮੈਂ ਐਕਚੁਅਲੀ ਇੰਨੀ ਡੀਪਲੀ ਗਈ ਨਹੀਂ ਕਦੀ ਵੀ, ਕਿਉਂਕਿ ਮੈਂ ਸਾਰਿਆਂ ਨੂੰ ਇਕੁਅਲੀ ਟ੍ਰੀਟ ਕਰਦੀ ਹਾਂ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, BJP 'ਚ ਮੀਟਿੰਗ ਚੱਲ ਰਹੀ ਹੈ, ਨੇਤਾ ਨੂੰ ਮੀਟਿੰਗਾਂ ਕਰਦੇ ਨੇ, ਲੱਗਦਾ ਹੈ ਕਿ ਤੁਹਾਡੇ ਪ੍ਰਧਾਨ ਵੀ ਨੇ ਸਭਾ ਦੇ, ਜਿਸ ਨੂੰ ਲੈ ਕੇ? ਵੇਖੋ ਮੇਰੀ ਗੱਲ ਸੁਣੋ, ਉਹ ਜੱਟਾਂ ਨੂੰ ਰਿਪ੍ਰਜੈਂਟ ਕਰਦੇ ਨੇ ਪੰਜਾਬ ਦੇ, ਆਲ ਓਵਰ ਇੰਡੀਆ। ਔਰ ਇਨਫੈਕਟ ਮਹਾਰਾਜਾ ਨੇ ਔਰ ਇੱਕ ਵਧੀਆ ਕਿਹਨੂੰ ਕਹਿੰਦੇ ਆ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿਸਟਮ ਚਲਾਇਆ ਹੈ, ਮੈਂ ਉਹਨਾਂ ਤੋਂ ਇਹੀ ਐਕਸਪੈਕਟ ਕਰੂੰਗੀ ਕਿ ਨੋਨ ਪੋਲੀਟੀਕਲ ਤਰੀਕੇ ਦੇ ਨਾਲ ਉਹ ਪੰਜਾਬ ਨੂੰ ਸਰਵ ਕਰਨ ਜਾਟ ਮਹਾਸਭਾ ਦੇ ਵਿੱਚ। ਸਿਮਰਜੀਤ ਮਾਨ ਦੇ ਬਿਆਨ ਦੀ ਗੱਲ ਕਰੀਏ, ਭਗਤ ਸਿੰਘ ਦੇ ਬਾਰੇ ਜੋ ਬਿਆਨ ਦਿੱਤਾ ਸੀ, ਉਹਦੇ ਬਾਰੇ ਸਹਿਮਤ ਤੁਸੀਂ ਕਰਦੇ ਹੋ ਕਿ ਨਹੀਂ ਕਰਦੇ ਹੋ? ਵੇਖੋ ਨਹੀਂ, ਬਿਲਕੁਲ ਸਹਿਮਤ ਨਹੀਂ ਹਾਂ। ਮੈਂ ਭਗਤ ਸਿੰਘ ਨੂੰ ਇੱਕ ਇੰਸਪੀਰੇਸ਼ਨ ਮੰਨਦੀ ਹਾਂ, ਇੱਕ ਆਈਕੋਨ ਮੰਨਦੀ ਹਾਂ। ਉਹਨਾਂ ਨੇ ਬਹੁਤ ਛੋਟੀ ਏਜ ਦੇ ਵਿੱਚ ਦੇਸ਼ ਵਾਸਤੇ ਸ਼ਹਾਦਤ ਦੇ ਦਿੱਤੀ ਸੀਗੀ। ਬਾਕੀ ਮੈਂ ਸਿਮਰਨਜੀਤ ਸਿੰਘ ਮਾਨ ਦੀ ਬਹੁਤ ਰਿਸਪੈਕਟ ਕਰਦੀ ਹਾਂ, ਕਿਉਂਕਿ ਉਹ ਇੱਕ ਸਟੈਂਡ 'ਤੇ ਰਹੇ ਆ ਆਪਣੇ ਧਰਮ ਵਾਸਤੇ। ਬਟ ਇਹ ਜਿਹੜੀ ਸਟੇਟਮੈਂਟ ਹੈ ਨਾ, ਇਹਦੇ ਨਾਲ ਮੈਂ ਸਹਿਮਤ ਨਹੀਂ ਹਾਂ। ਸਪੋਰਟ ਕੀਤੀ ਉਹਨਾਂ ਦੀ ਇਲੈਕਸ਼ਨ ਵਿੱਚ ਵੀ, ਉਹ ਵੀ ਸਪੋਰਟ ਕਰਦੇ? ਬਿਲਕੁਲ ਸਪੋਰਟ ਕੀਤੀ ਹੈ ਔਰ ਮੈਂ ਉਹਨਾਂ ਦੀ ਇੱਜ਼ਤ ਮਾਨ ਕਰਦੀ ਹਾਂ ਔਰ ਮੈਨੂੰ ਉਹ ਚੰਗੇ ਇਨਸਾਨ ਲੱਗਦੇ। ਹੀ ਇਜ਼ ਵੈਰੀ ਵੈਲ ਐਜੂਕੇਟਡ, ਵੈਰੀ ਇੰਟੈਲੀਜੈਂਟ ਪਰਸਨ। ਬਟ ਓਨਲੀ ਵਨ ਥਿੰਗ, ਭਗਤ ਸਿੰਘ ਵਾਲੀ ਗੱਲ, ਉਹ ਮੇਰੀ ਵੀ ਉਹਨਾਂ ਦੇ ਨਾਲ ਇਸ ਗੱਲ ਦੇ ਉੱਤੇ ਹੋਇਆ ਸੀਗਾ। ਚਲੋ ਮਤਭੇਦ ਤਾਂ ਪਿਓ ਧੀ ਦੇ ਵੀ ਹੁੰਦੇ ਰਹਿੰਦੇ ਆ, ਪਰਿਵਾਰ 'ਚ ਵੀ ਹੁੰਦੇ ਆ। ਥੈਂਕ ਯੂ, ਤੁਹਾਨੂੰ ਗੱਲਬਾਤ ਕੀਤੀ ਤੁਹਾਡੇ ਨਾਲ। ਇਹ ਦੇਖਿਆ ਸੋਨੀਆ ਮਾਨ ਗੱਲਬਾਤ ਕੀਤੀ, ਜਿਸ ਤਰ੍ਹਾਂ ਮੈਂ ਦੱਸਣਾ ਸੀ ਕਿ ਉਹਨਾਂ ਦਾ ਕਿ ਹੁਣ ਨਵੇਂ ਸਮੇਂ ਵਿੱਚ ਸੋਨੀਆ ਮਾਨ ਜੱਟ ਮਹਾਸਭਾ ਲਈ ਕੰਮ ਕਰਨਗੇ, ਔਰ ਦੇਖਣਾ ਹੋਇਆ ਕਿਸ ਤਰ੍ਹਾਂ ਕੰਮ ਹੋਏਗਾ, ਦੇਖਣੇ ਗੱਲ ਹੋ ਕੇ ਆਇਆ ਪਰਸਨ ਸੂਰਜ ਦੇ ਨਾਲ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।